ਹਾਂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ Exams Study Video Job Alert ਤੇ ਸੋ ਅੱਜ ਅਪਡੇਟ ਨਵੀਆਂ ਅਸਾਮੀਆਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿਹੜੇ ਵਿਭਾਗ ਦੇ ਵਿੱਚ ਅਸਾਮੀਆਂ ਨੇ ਜਿਹੜੀਆਂ ਆਉਟ ਹੋਈਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਪੋਸਟ ਹੈ ਨੇ ਆਫਿਸ ਆਫ ਦਾ ਡਾਇਰੈਕਟਰ ਜਨਰਲ ਅਸਾਮ ਰਾਈਫਲਸ ਦੇ ਵਿੱਚ ਤਾਂ ਇਹਦੇ ਵਿੱਚ ਵਕ ਵਕ ਪੋਸਟਾਂ ਦੀ ਡਿਟੇਲ ਹੈ ਜਿਹੜੀ ਦਿੱਤੀ ਗਈ ਹੈ ਪੂਰਾ ਸ਼ਡਿਊਲ ਹੈ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਹੈ ਬ੍ਰਾਈਡ ਰੋਡ ਇਹ 17 ਪੋਸਟਾਂ ਨੇ ਕਲਰਕ ਦੀਆਂ 287 ਨੇ ਸਭ ਤੋਂ ਜ਼ਿਆਦਾ ਨੇ ਇਸ ਤੋਂ ਬਾਅਦ ਸਭ ਤੋਂ ਵੱਧ ਪੋਸਟਾਂ ਨੇ ਜਿਹੜੀਆਂ ਆਪਰੇਟਰ ਰੇਡੀਓ ਐਂਡ ਲਾਈਨ ਦੀਆਂ ਨੇ ਜੋ 729 ਨੇ ਰਿਲੀਜੀਅਸ ਟੀਚਰ ਦੀਆਂ ਇਹਦੇ ਵਿੱਚ 9 ਪੋਸਟਾਂ ਨੇ ਰੇਡੀਓ ਮਕੈਨਿਕ ਦੀਆਂ ਇਹਦੇ ਵਿੱਚ 72 ਪੋਸਟਾਂ ਨੇ ਇਸ ਤੋਂ ਇਲਾਵਾ ਵੱਖ-ਵੱਖ ਡਿਪਾਰਟਮੈਂਟ ਦੇ ਹਿਸਾਬ ਨਾਲ ਟੋਟਲ ਇਹਦੇ ਵਿੱਚ 1380 ਪੋਸਟਾਂ ਨੇ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਵਾਸ਼ਰਮੈਨ ਆ ਗਿਆ ਏਵਾਈਏ ਆ ਗਿਆ ਪੈਰਾਮੈਡੀਕਲ ਆ ਗਿਆ ਵੈਟਰਨਰੀ ਫੀਲਡ ਅਸਿਸਟੈਂਟ ਆ ਗਿਆ ਨਰਸਿੰਗ ਅਸਿਸਟੈਂਟ ਆ ਗਿਆ ਲੈਬਰਾਟਰੀ ਅਸਿਸਟੈਂਟ ਆ ਗਿਆ ਸੋ ਸਾਰੀਆਂ ਅਲੱਗ-ਅਲੱਗ ਇਹਦੇ ਵਿੱਚ ਪੋਸਟਾਂ ਦੀ ਡਿਟੇਲ ਹੈ ਜਿਹੜੀ ਦਿੱਤੀ ਗਈ ਹੈ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਇਹ ਵੈਬਸਾਈਟ ਨੋਟ ਕਰ ਲਓ asamrifles.gov.in ਤਾਂ ਇਹ ਇਹਨਾਂ ਦੀ ਸਾਈਟ ਹੈ ਇਸ ਤੇ ਤੁਸੀਂ ਅਪਲਾਈ ਜਿਹੜਾ ਆਨਲਾਈਨ ਵੀ ਕਰ ਸਕਦੇ ਹੋ ਬਾਕੀ ਹੈਲਪਲਾਈਨ ਨੰਬਰ ਵੀ ਇਹਨਾਂ ਨੇ ਜਿਹੜਾ ਦਿੱਤਾ ਹੋਇਆ ਹੈ ਤਾਂ ਨੀਚੇ ਤੁਸੀਂ ਨੰਬਰ ਦੇਖ ਸਕਦੇ ਹੋ ਸੋ ਸਾਮ ਰਾਈਫਲ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਆਉਟ ਹੋਈਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਬਾਕੀ ਕੇ ਜੋ ਪੋਸਟ ਆਉਣਗੇ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਕਰਕੇ ਜਰੂਰ ਰੱਖਿਓ ਧੰਨਵਾਦ